ਵੀਰਸ ਵੈਲਕਮ ਬੈਕ ਇਨ आवर ਪ੍ਰੋਗਰਾਮ ਐਂਡ ਡਾਕਟਰ ਸਵਸਦਾ ਸੁਵਾਲ ਹੈ ਭਾਰਤ ਦੇ ਗ੍ਰਹਿ ਮੰਤਰੀ ਸੁਸ਼ੀਲ ਸਿੰਦੇ ਨੇ ਕਿਹਾ ਹੈ ਕਿ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਭਾਰਤ 'ਚ ਮੋਰਖਾਰਕੂਵਾਦ ਉਭਾਰਨ ਦੇ ਯਤਨ ਕਰ ਰਿਹਾ ਹੈ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਦੇਖੋ ਪੰਜਾਬੀ ਦਾ ਇੱਕ ਅਖਾਣ ਹੈ ਵੀ ਡਿੱਗੀ ਖੋਤੇ ਤੋਂ ਗੁੱਸਾ ਘਮਿਆਰ ਤੇ ਜੀ ਨਕਸਲਾਈਟਸ ਨੇ ਫੁੱਲ ਸਕੇਲ ਅਟੈਕ ਕੀਤਾ ਛਤੀਸਗੜ੍ਹ 'ਚ ਜਿਹਦੇ ਚੋਂ ਦਾ ਕਾਂਗਰਸ ਪ੍ਰੈਜ਼ੀਡੈਂਟ ਔਰ ਐਮ ਬੰਦੇ ਮਾਰੇ ਗਏ ਜੀ ਇਨਾ ਤੋਂ ਇਵਨ ਉਸ ਸੂਬੇ ਦੀ ਜਿਹੜੀ ਹੈ ਸਕਿਉਰਿਟੀ ਦੇ ਵਿੱਚ ਇਹਨਾਂ ਦੀਆਂ ਸੈਂਟਰਲ ਏਜੰਸੀਆਂ ਵੀ ਕੋਈ ਜਿਹੜਾ ਉਹ ਪੋਜ਼ਿਟਿਵ ਰੋਲ ਨਹੀਂ ਅਦਾ ਕਰ ਸਕੀਆਂ ਜੀ ਭਾਰਤ ਪਰ ਦੇ ਵਿੱਚ ਕਿਵੇਂ ਤੇਜ਼ੀ ਦੇ ਨਾਲ ਜ਼ਬਰਜਨਾਹ ਦੇ ਕੇਸ ਬਲਾਤਕਾਰ ਦੇ ਕੇਸ ਹੋ ਰਹੇ ਨੇ ਜਿਨ੍ਹਾਂ ਦੇ ਬਾਰੇ ਰਿਪੋਰਟਾਂ ਜਿਹੜੀਆਂ ਨੇ ਉਹ ਦੁਨੀਆ ਭਰ ਚ ਨੇ ਕੱਲ ਹੀ ਇੱਕ ਅਮਰੀਕਨ ਬੀਬੀ ਦੇ ਨਾਲ ਹਿਮਾਚਲ ਦੇ ਮਨਾਲੀ ਦੇ ਵਿੱਚ ਗੈਂਗ ਰੇਪ ਹੋਇਆ ਜੀ ਸੋ ਕ੍ਰਾਈਮ ਸਿਖਰਾਂ ਤੇ ਹੈ ਹੁਣ ਜਦੋਂ ਇਸ ਕਿਸਮ ਦਾ ਸਾਰਾ ਚੱਲ ਰਿਹਾ ਜਿਹਦੇ 'ਚ ਸੁਸ਼ੀਲ ਛਿੰਦੇ ਜਿਹੜਾ ਕਿ ਹੋਮ ਮਿਨਿਸਟਰ ਹੈ ਪੂਰੀ ਤਰ੍ਹਾਂ ਫੇਲ ਹੋਇਆ ਹੈ ਜੀ ਤੇ ਇਹਨਾਂ ਨੂੰ ਹੋਰ ਕੋਈ ਨਹੀਂ ਲੱਭਦਾ ਇਹਨੇ ਬਿਆਨ ਦੇ ਮਾਰਿਆ ਕਿ ਜੀ ਆਈਐਸਆਈ ਭਾਰਤ ਪਾਰ ਦੇ ਵਿੱਚ ਜਿਹੜਾ ਉਹ ਫਲਾਣਾ ਚਾਹਦੀ ਹੈ دہشتਗਰਦੀ ਸਿੱਖਾਂ ਦੇ ਖਾਸ ਟ੍ਰੇਨਿੰਗ ਕੈਂਪ ਚੱਲ ਰਹੇ ਨੇ ਉੱਥੇ ਔਰ ਅਮਰੀਕਾ ਯੂਰਪ ਦੂਸਰੇ ਤੋਂ ਜਿਹੜੇ ਨੇ ਉੱਥੇ ਟ੍ਰੇਨਿੰਗ ਸਿੱਖ ਲੈ ਰਹੇ ਨੇ ਤਾਂ ਕਿ ਆਤਵਾਦ ਫੈਲਾਇਆ ਜਾਏ ਜੀ ਸੋ ਇਸ ਤੋਂ ਬੇਸ਼ਰਮੀ ਵਾਲਾ ਬਿਆਨ ਕੋਈ ਨਹੀਂ ਹੈ ਕਿ ਵੀ ਤੁਸੀਂ ਆਪਣੀਆਂ ਹੱਦਾਂ ਦੇ ਅੰਦਰ ਪਹਿਲਾਂ ਕੰਟਰੋਲ ਕਰੋ ਕਿ ਵੀ ਤੁਸੀਂ ਕਰ ਕੀ ਰਹੇ ਹੋ ਜੀ ਸੋ ਅਸੀਂ ਸਮਝਦੇ ਹਾਂ ਵੀ ਇਹ ਗੱਲ ਸਾਬਤ ਕਰਦੀ ਹੈ ਕਿ ਜਿਹੜਾ ਸਿੱਖ ਨਸਲ ਕੁਸ਼ੀ ਦਾ ਏਜੰਡਾ ਹੈ ਜਿਹੜਾ 29 ਸਾਲ ਪਹਿਲਾਂ ਫੁੱਲ ਫਲੇਜਡ ਅਟੈਕ ਦੇ ਨਾਲ ਸ਼ੁਰੂ ਹੋਇਆ ਹੈ ਜੀ ਅੱਜ ਵੀ ਏਜੰਸੀਆਂ ਦੇ ਫਰੰਟ ਬਰਨਰ ਤੇ ਹੈ ਔਰ ਜਦੋਂ ਇਸ ਕਿਸਮ ਦੇ ਬਿਆਨ ਦਿੰਦੇ ਨੇ ਉਸ ਤੋਂ ਬਾਅਦ ਇਹ ਹੁੰਦਾ ਹੈ ਕਿ ਪੰਜਾਬ 'ਚ ਇਹਨਾਂ ਨੇ ਫੜੋ ਫੜੀ ਕਰਦੇ ਹੀ ਹੈ ਪੰਜਾਬ ਚ ਝੂਠੇ ਕੇਸਾਂ 'ਚ ਨੌਜਵਾਨਾਂ ਨੂੰ ਫਸਾਣਾ ਹੈ ਫਿਰ ਕਿਸੇ ਦੀ ਤਾਰ ਕਿਤੇ ਜੋੜਨੀ ਹੈ ਕਿਸੇ ਦੀ ਤਾਰ ਕਿਤੇ ਜੋੜਨੀ ਹੈ ਸੋ ਅਸੀਂ ਸਮਝਦੇ ਹਾਂ ਵੀ ਇਸ ਤੋਂ ਵੱਧ ਕੇ ਟੀਟਤਾਈ ਬੇਸ਼ਰਮੀ ਬੇਹਿਆਈ ਔਰ ਇਨਕੇਪੇਬਿਲਿਟੀ ਜਿਹੜੀ ਹੈ ਇਸ ਵਾਲਾ ਕੋਈ ਬਿਆਨ ਨਹੀਂ ਹੋ ਸਕਦਾ ਜਿਹੜਾ ਇਹਨੇ ਛਿੰਦੇ ਨੇ ਆਊਟ ਆਫ ਦਾ ਬਲੂ ਆ ਕੇ ਦਿੱਤੇ ਜੀ ਡਾਕਟਰ ਸਾਹਿਬ ਦਲਖਾਲਸਾ ਜਥੇਬੰਦੀ ਨੇ ਜਥੇਬੰਦੀ ਨੇ ਕੱਲੂ ਘਾਰਾ 84 ਦੇ ਸਬੰਧ ਵਿੱਚ ਆਪਣੇ ਦਫ਼ਤਰ ਤੋਂ ਸ਼੍ਰੀ ਅਕਾਲ ਤਲਬ ਸਾਹਿਬ ਤੱਕ ਮਾਰਚ ਕੀਤਾ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਦੇਖੋ ਦਲਖਾਲਸਾ ਪਾਈ ਗਜਿੰਦਰ ਸਿੰਘ ਦੀ ਅਗਵਾਈ ਹੇਠ ਐਸਟੈਬਲਿਸ਼ ਹੋਈ ਔਰ ਆਪਣੇ ਨਿਸ਼ਾਨੇ ਤੇ ਬੜੀ ਮਜ਼ਬੂਤੀ ਨਾਲ ਇਹ ਸਾਰੇ ਵਰਿਆਂ ਚ ਤੁਰੇ ਹੋਏ ਨੇ ਜੀ ਉਹਨਾਂ ਨੇ ਘੱਲੂਕਾਰਾ ਹਫ਼ਤੇ ਦੀ ਯਾਦ ਚ ਆਪਣੇ ਦਫ਼ਤਰ ਤੋਂ ਅਕਾਲ ਤਖਤ ਸਾਹਿਬ ਤੱਕ ਮਾਰਚ ਕੀਤਾ ਪਸੰਦ ਪੰਡਾ ਵਾਲਿਆਂ ਦੀਆਂ ਪਿਕਚਰਸ ਸੀ ਜੁ ਉਹਨਾਂ ਨੇ ਫੜੀਆਂ ਹੋਈਆਂ ਜੀ ਬਲੈਕ ਹੈਟਸ ਸੀ ਜਿਹਨਾਂ ਤੇ ਸਿੱਖ ਆਜ਼ਾਦੀ ਦੀ ਗੱਲ ਸੀ ਟੱਠੇ ਅਕਾਲ ਤਖਤ ਦੀਆਂ ਫੋਟੋਆਂ ਸੀ ਜੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੇ ਅਰਦਾਸ ਕੀਤੀ ਔਰ ਉਹਨਾਂ ਨੇ ਰੈਜ਼ੋਲੂਸ਼ਨ ਕੀਤਾ ਕਿ ਸਿੱਖ ਸੈਲਫ ਰੂਲ ਜੇ ਇਸ ਦਾ ਮਤਲਬ ਹੈ ਕਿ ਆਪਣਾ ਸਾਡਾ ਰਾਜ ਭਾਗ ਹੋਏ ਨਾਲ ਹੀ ਉਹਨਾਂ ਨੇ ਇੱਕ ਬੜੀ ਅੱਛੀ ਗੱਲ ਉਹਨਾਂ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਲੈਂਡ ਆਰਡਰ ਦਾ ਤੁਹਾਡਾ ਮਹਿਕਮਾ ਤੁਹਾਡਾ ਪੋਰਟਫੋਲੀਓ ਹੈ ਕਨਸਟੀਟਿਊਸ਼ਨ ਦੇ ਤਹਲੇ ਲਿਸਟ ਜਾਰੀ ਕਰੋ ਕਿ ਜੂਨ 84 ਚ ਕਿੰਨੇ ਲੋਕ ਮਰੇ ਜੇ ਤੁਹਾਡੇ ਕੋਲ ਨਹੀਂ ਨੇ ਤਾਂ ਕੀ ਤੁਸੀਂ ਸੈਂਟਰ ਗਵਰਨਮੈਂਟ ਨੂੰ ਲਿਖਿਆ ਕਿ ਕਿੰਨੇ ਲੋਕ ਮਾਰੇ ਗਏ ਸੋ ਅਸੀਂ ਹਾਈਲੀ ਐਪਰੀਸ਼ੀਏਟ ਕਰਦੇ ਹਾਂ ਇਸ ਪ੍ਰੋਟੈਸਟ ਨੂੰ ਸਰ ਹਰਚੰਦਰ ਸਿੰਘ ਤਾਂ ਮੀ ਜਿਹੜੇ ਪ੍ਰੈਜ਼ੀਡੈਂਟ ਨੇ ਦਲ ਖਾਲਸਾ ਦੇ ਉਹਨਾਂ ਨੇ ਲੀਡ ਕੀਤਾ ਸੋ ਅਸੀਂ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਆ ਕਿ ਉਹਨਾਂ ਨੇ ਬੜਾ ਟਾਈਮਲੀ ਜਿਹੜਾ ਇਹ ਪ੍ਰੋਟੈਸਟ ਕੀਤਾ ਜੀ ਡਾਕਟਰ ਸਾਹਿਬ ਸਾਡਾ ਅਗਲਾ ਸਵਾਲ ਹੈ ਗੁਰਦੁਆਰਾ ਗੁਰੂ ਕਾ ਲਾਹੌਰ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਤੇ ਹਿਮਾਚਲ ਪ੍ਰਦੇਸ਼ ਸਰਕਾਰ ਨੇ ਲਗਾਇਆ ਜਜ਼ੀਆ ਟੈਕਸ ਇਸ ਬਾਰੇ ਤੁਹਾਡੇ ਕੀ ਦੇਖੋ ਸਕੂਲਾਂ ਦੀਆਂ ਕਿਤਾਬਾਂ 'ਚ ਅਜੇ ਤੱਕ ਔਰੰਗਜ਼ੇਬ ਨੂੰ ਇਹ ਕਹੇ ਕਿ ਕਿਹਾ ਜਾਂਦਾ ਹੈ ਕਿ ਜੀ ਜਜ਼ੀਆ ਟੈਕਸ ਲਾਇਆ ਸੀ ਉਹਨੇ ਜੀ Hindu ਤੀਰਥਾਂ ਦੇ ਬਾਹਰ ਉਹਨਾਂ ਦੇ ਚੁੰਗੀ ਵਾਲੇ ਬੰਦੇ ਸੀ ਕਿ ਆ ਟੈਕਸ ਦੇ ਤੋ ਤਾਂ ਹੀ ਤੁਸੀਂ ਗੰਗਾ ਨਾਲ ਆ ਸਕਦੇ ਹੋ ਜਾਂ ਜਮਨਾ 'ਚ ਜਾ ਸਕਦੇ ਹੋ ਜੀ ਹੁਣ ਇਹ ਗੁਰਦੁਆਰਾ ਗੁਰੂ ਕਾ ਲਾਹੌਰ ਬਿਲਕੁਲ ਨਾਲ ਹੀ ਹੈ ਅਨੰਦਪੁਰ ਸਾਹਿਬ ਦੇ ਔਰ ਇਸ ਆਈ ਦਾ ਇਤਿਹਾਸਿਕ ਬੈਕਗ੍ਰਾਉਂਡ ਹੈ ਕਿ ਜਿੱਥੇ ਗੁਰੂ ਸਾਹਿਬ ਦਾ ਆਨੰਦ ਕਾਰਜ ਹੋਇਆ ਉਹ ਲਾਹੌਰ ਦੇ ਰਹਿਣ ਵਾਲੇ ਸੀ ਜਿਹੜੇ ਉਹਨਾਂ ਦੇ ਇਨ-ਲਾਸ ਸੀ ਜੀ ਸੋ ਉਹਨਾਂ ਨੇ ਕਿਹਾ ਜੀ ਸਾਡੀ ਇੱਛਾ ਹੈ ਕਿ ਵੀ ਅਸੀਂ ਲਾਹੌਰ ਚ ਆਨੰਦ ਕਾਰਜ ਕਰੀਏ ਜੀ ਸੋ ظاہر ਹੈ ਵੀ ਲਾਹੌਰ ਉਸ ਵੇਲੇ ਮੁਗਲਿਆ ਹਕੂਮਤ ਦਾ ਸੈਂਟਰ ਸੀ ਔਰ ਉਹ ਖਤਰੇ ਤੋਂ ਖਾਲੀ ਨਹੀਂ ਸੀ ਹੋਣਾ ਤਾਂ ਗੁਰੂ ਸਾਹਿਬ ਨੇ ਕਿਹਾ ਫਿਕਰ ਨਾ ਕਰੋ ਸੇ ਇੱਥੇ ਲਾਹੌਰ ਬਣਾ ਦਨੇ ਜੀ ਸੋ ਉਹਨਾਂ ਨੇ ਇੱਕ ਪੂਰਾ ਜਿਹੜਾ ਕਸਬਾ ਸਟੈਬਲਿਸ਼ ਕਰ ਦਿੱਤਾ ਗੁਰੂ ਕਾ ਲਾਹੌਰ ਉਹਨੂੰ ਇਸੇ ਲਈ ਕਿਹਾ ਜਾਂਦਾ ਹੈ ਜੀ ਪਰ ਉਹ ਜਦੋਂ ਹੁਣੇ ਸ਼ਾ ਕਮਿਸ਼ਨ ਦੀ ਗੱਲ ਕਰਕੇ ਹਟੇ ਹੈ ਉਹ ਗੁਰੂ ਕਾ ਲਾਹੌਰ ਜਿਹੜਾ ਉਹ ਹਿਮਾਚਲ ਦੇ ਵਿੱਚ ਦੇ ਦਿੱਤਾ ਹੈ ਹੈ ਉਸੇ ਚ ਹੁਣ ਪੰਜਾਬ ਤੋਂ ਜਾਣ ਵਾਲਿਆਂ ਨੇ ਹਿਮਾਚਲ ਚ ਐਂਟਰ ਹੋ ਕੇ ਫੇਰ ਗੁਰੂਕੇ ਲਾਹੌਰ ਦੇ ਦਰਸ਼ਨਾਂ ਨੂੰ ਜਾਣੇ ਔਰ ਸਰਕਾਰ ਨੇ ਉੱਥੇ ਗੁਰਦੁਆਰਾ ਸੋਹਿਲਾ ਘੋੜਾ ਜਿੱਥੋਂ ਜਾ ਰਹਿ ਘੋੜੇ ਦੇ ਉੱਤੇ ਉਹ ਬਰਾਤ ਗਈ ਹੋਏਗੀ ਉਹਨਾਂ ਨੇ ਟੈਕਸ ਲਾ ਦਿੱਤਾ ਕਿ ਛੋਟੀ ਗੱਡੀ ਜਿਹੜੀ ਹੈ ਉਸ ਦੇ ਉੱਤੇ 20 ਰੁਪਏ ਦਾ ਟੈਕਸ ਔਰ ਵੱਡੀ ਗੱਡੀ ਜਿਹੜੀ ਹੈ 50 ਰੁਪਏ ਦਾ ਟੈਕਸ ਇਹ ਹੁਣ ਹਿੰਦੁਸਤਾਨ ਨੇ ਜਿਹਨੂੰ ਇੰਡੀਆ ਨੂੰ ਅਜੇ ਵੀ ਕਈ ਸਾਡੇ ਜਿਹੜੇ ਗਵਾਚੇ ਹੋਏ ਵੀਰਪੈਣਾ ਨੇ ਉਹ ਆਪਣਾ ਵਤਨ ਕਹਿੰਦੇ ਨੇ ਕਿ ਤੁਸੀਂ 2 ਮੀਲ ਦੂਰ ਆਪਣੇ ਪੰਜਾਬ ਦੀ ਹੱਦ ਤੋਂ ਜਾ ਕੇ ਜਜ਼ੀਆ ਦੇ ਕੇ ਆਪਣੇ ਗੁਰੂ ਦੇ ਸਥਾਨ ਦਾ ਦਰਸ਼ਨ ਕਰ ਸਕਦੇ ਹੋ ਇਹਨੂੰ ਗੁਲਾਮੀ ਨਹੀਂ ਕਹਿੰਦੇ ਤਾਂ ਗੁਲਾਮੀ ਕਿਹਨੂੰ ਕਹਿੰਦੇ ਨੇ ਜੀ ਬਿਲਕੁਲ ਸਾਡਾ ਅਗਲਾ ਸਵਾਲ ਹੈ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਦੂਸ਼ਣ ਸੁਬੰਧੀ ਹੋਏ ਨੁਕਸਾਨ ਬਾਰੇ ਰਿਪੋਰਟ ਹਾਈ ਕੋਰਟ ਵਿੱਚ ਪੇਸ਼ ਹੈ ਦੇ ਕੋ ਹਰਮੰਦਰ ਸਾਹਿਬ ਚ ਹਰ 10 15 20 ਸਾਲ ਬਾਅਦ ਸੋਨੇ ਦੇ ਪੱਤਰੇ ਜਿਹੜੀ ਹੈ ਉਹਨਾਂ ਨੂੰ ਚਮਕਾਉਣ ਦੀ ਸੇਵਾ ਕੋਈ ਲੈਂਦਾ ਹੈ ਜੀ ਪਹਿਲਾਂ ਨਿਸ਼ਕਾਮ ਵਾਲਿਆਂ ਨੇ ਲਈ ਹੁਣ ਕੋ ਹੋਰ 15 ਸਾਲ ਚ ਉਹ ਬਿਲਕੁਲ ਜਿਹੜੇ ਨੇ ਉਹਦੀ ਲਿਸ਼ਕ ਜਾਂਦੀ ਲੱਗਦੀ ਹੈ ਜੀ ਹੁਣ ਇਸ ਤੇ ਜਿਹੜੇ ਪ੍ਰਦੂਸ਼ਣ ਜਾਂ ਇਸ এনवायरमेंटਲ ਕਨਸਰਨ ਨੇ ਸੱਜਣ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਚ ਪਟੀਸ਼ਨ ਕੀਤੀ ਸੀ ਜੀ ਨਤੀਜੇ ਦੇ ਤੌਰ ਤੇ ਗਵਰਨਮੈਂਟ ਨੇ ਇਹਨਾਂ ਨੂੰ ਕਿਹਾ ਕਿ ਜੀ ਸਾਨੂੰ ਰਿਪੋਰਟ ਦਿਓ ਵੀ ਉੱਥੋਂ ਦੀ ਸਥਿਤੀ ਕੀ ਹੈ ਜੀ ਔਰ ਉਸ ਦੇ ਨਾਲ ਸਾਨੂੰ ਸੁਝਾਅ ਵੀ ਦਿਓ ਕਿ ਕੀ ਕੀਤਾ ਜਾਏ ਸੋ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਦਿੱਲੀ ਦੇ ਕਾਈ ਆਈ ਟੀ ਪ੍ਰਦੂਸ਼ਣ ਏਜੰਸੀ ਆ ਉਹਦੀ ਮਦਦ ਦੇ ਨਾਲ ਪੂਰੀ ਰਿਪੋਰਟ ਤਿਆਰ ਕੀਤੀ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਚਾਰ ਚਫੇਰੇ ਐਸੇ ਪ੍ਰਦੂਸ਼ਣ ਪਦਾਰਥ ਨੇ ਜਿਹੜੇ ਸੰਗਰਮਨ ਨੂੰ ਨੁਕਸਾਨ ਪਹੁੰਚਾ ਰਹੇ ਨੇ এনਵਾਇਰਨਮੈਂਟ ਨੂੰ ਪਹੁੰਚਾ ਰਹੇ ਨੇ ਸੋਨੇ ਨੂੰ ਪਹੁੰਚਾ ਰਹੇ ਨੇ ਜੀ ਔਰ ਉਸ ਰਿਪੋਰਟ ਦੇ ਆਧਾਰ ਤੇ ਜਿਹੜੇ ਕੁਝ ਸੁਝਾਅ ਦਿੱਤੇ ਗਏ ਨੇ ਉਹ ਇਹ ਹੈ ਕਿ ਕਿਉਂਕਿ ਜੇ ਤਾਂ ਪਾਵਰ ਨਿਰਵਿਗਨ ਹੋਏ ਫਿਰ ਜਨਰੇਟਰਾਂ ਦੀ ਲੋਡ ਨਹੀਂ ਹੁੰਦੀ ਜਨਰੇਟਰ ਬਹੁਤ ਸਾਰਾ ਪੋਲੂਸ਼ਨ ਕ੍ਰੀਏਟ ਕਰਦੇ ਨੇ ਸੋ ਉਹਨਾਂ ਨੇ ਇੱਕ ਤਾਂ ਕਿਹਾ ਕਿ ਨਿਰਵਿਗਨ ਬਿਜਲੀ ਦੀ ਸਪਲਾਈ ਹੋਣੀ ਚਾਹੀਦੀ ਹੈ ਤਾਂ ਕਿ ਜਨਰੇਟਰਾਂ ਦੀ ਲੋਡ ਨਾ ਹੋਏ ਤੇ ਜੇ ਜਨਰੇਟਰ ਚਲਾਉਣੇ ਵੀ ਨੇ ਤੇ ਕੁਦਰਤੀ ਗੈਸ ਨਾਲ ਚੱਲਣ ਵਾਲੇ ਜਨਰੇਟਰ ਕਿਉਂਕਿ ਉਹਨਾਂ ਨਾਲ ਪੋਲੂਸ਼ਨ ਨਹੀਂ ਹੁੰਦੀ ਤੀਸਰਾ ਉਹਨਾਂ ਨੂੰ ਕਿਹਾ ਵੀ ਜਿਹੜੀ ਹਦੂਦ ਹੈ ਹਰਮੰਦਰ ਸਾਹਿਬ ਦੇ ਤਿੰਨ ਚਾਰ ਮੀਲ ਦੇ ਏਰੀਆ 'ਚ ਜਿਹੜੀਆਂ ਵਾਧੂ ਜਦੋਂ ਫਸਲ ਵੱਢ ਲਈ ਜਾਂਦੀ ਹੈ ਜਿਹੜਾ ਜੋ ਵੀ ਬਚਦਾ ਉਹਨੂੰ ਸਾੜ ਦਿੱਤਾ ਜਾਂਦਾ ਇਹ ਸਾਡੇ ਲੋਕਾਂ ਨੂੰ ਅੱਜ ਤੱਕ ਨਹੀਂ ਸਮਝਾ ਸਕੀ ਸਰਕਾਰ ਜਾਂ ਇਹ ਡਿਫਰੈਂਟ ਯੂਨੀਵਰਸਿਟੀਆਂ ਕਿ ਇਹ ਜਿਹੜਾ ਸਾੜਨਾ ਹੈ ਖੇਤਾਂ ਦੇ ਵਿੱਚ ਪਏ ਉਹ ਸਾਰੇ ਨੂੰ ਇਹ ਬਰਬਾਦੀ ਕਰ ਦਿੰਦਾ ਹੈ ਖੇਤੀ ਤਾਂ ਕਰਦਾ ਹੀ ਹੈ এনवायरमेंट ਨੂੰ ਵੀ ਉਹ ਡਿਸਟਰੋਏ ਕਰਦਾ ਹੈ ਤੇ ਇਹ ਇਸ ਦੇ ਉੱਤੇ ਉਹਨਾਂ ਨੇ ਕਿਹਾ ਵੀ ਪਾਬੰਦੀ ਲਾਈ ਜਾਏ ਔਰ ਨਾਲ ਹੀ ਉਹਨਾਂ ਨੇ ਕਿਹਾ ਵੀ 2 ਮੀਲ ਦੇ ਏਰੀਆ 'ਚ ਜਿੰਨੇ ਕਾਰਖਾਨੇ ਨੇ ਜਿਹੜੇ ਕਿ ਪ੍ਰੋਡੂਸ਼ਨ ਫਲਾਂ ਵਾਲੇ ਨੇ ਉਹਨਾਂ ਤੇ ਵੀ ਪਾਬੰਦੀ ਹੋਏ ਔਰ ਨਾਲ ਦੀ ਨਾਲ ਉਹਨਾਂ ਨੇ ਸੁਝਾਅ ਦਿੱਤਾ ਹੈ ਕਿ ਇੱਕ ਸੂਖਮ ਮੌਸਮ ਸਟੇਸ਼ਨ ਜਿਹੜਾ ਕਿ ਅਬਜ਼ਰਵ ਕਰੇ ਕਿ ਪੋਲਿਊਸ਼ਨ ਲੈਵਲ ਕੀ ਹੈ ਕਿੰਨਾ ਕਾਰਬਨ এনवायरमेंट 'ਚ ਹੈ ਔਰ ਇੱਕ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ 'ਚ ਜਿਹੜੀਆਂ ਚੱਲਦੇ ਨੇ ਕੋਈ ਆਟੋ ਤੇ ਕੋਈ ਦੂਜੇ ਜਿਹੜੇ 15 ਸਾਲ ਤੋਂ ਪੁਰਾਣੇ ਨੇ ਉਹਨਾਂ ਦੇ ਉੱਤੇ ਪਾਬੰਦੀ ਲਾਈ ਜਾਏ ਔਰ ਹਰਮੰਦਰ ਸਾਹਿਬ ਦੇ ਆਲੇ-ਦੁਆਲੇ ਉਹ ਬਹੁਤ ਸਾਰਾ ਜਿਹੜਾ ਟ੍ਰੈਫਿਕ ਹੈ ਉਹਨੂੰ ਘਟਾਉਣ ਦੇ ਲਈ ਦੂਰ ਜਿਹੜਾ ਉਹ ਵਨ ਵੇ ਟ੍ਰੈਫਿਕ ਲਾਈਨ ਹੋਏ ਤਾਂ ਕਿ ਜਦੋਂ ਗੱਡੀਆਂ ਇੱਕੋ ਹੀ ਫਸੀ ਹੁੰਦੀ ਹੈ ਗੱਡੀ ਉਹ ਛਕਛਕ ਕਰ ਰਹੀ ਹੈ ਉਹਦੇ ਚੋਂ ਕਾਰਬਨ ਨਿਕਲ ਰਿਹਾ ਹੈ ਨੱਕ ਤੇ ਤੁਸੀਂ ਰਮਾਲ ਰੱਖ ਰਹੇ ਹੋ ਉਹ ਸਾਰੇ এনवायरमेंट ਨੂੰ ਗੰਦਾ ਕਰ ਰਿਹਾ ਸੋ ਅਸੀਂ ਸਮਝਦੇ ਹਾਂ ਵੀ ਉਹਨਾਂ ਦੀ ਬੜੀ ਪੋਜ਼ਿਟਿਵ ਰਿਪੋਰਟ ਹੈ ਪਰ ਇਹ ਕਿਨੇ ਮੰਨਣੀ ਹੈ ਕਿਨੇ ਲਾਗੂ ਕਰਨੀ ਹੈ ਕਾਰਖਾਨਿਆਂ ਵਾਲਿਆਂ ਦੀ ਭਾਜੀਪੀ ਦੀ ਲੌਬੀ ਹੈ ਇੱਕ कांत सिंह ਪੰਨੂ ਡਿਪਟੀ ਕਮਿਸ਼ਨਰ ਸੀਓ ਥੋੜੀ ਜਿਹੀ ਇੱਕ ਸੜਕ ਚੌੜੀ ਕਰਨ ਦੇ ਲਈ ਉਹਨਾਂ ਨੇ ਆਪਣਾ ਪਾਵਰਜ਼ ਵਰਤਿਆ ਡਿਪਟੀ ਕਮਿਸ਼ਨਰ ਦੀਆਂ ਤੇ ਉਹ ਲక్ష్ਮੀकांत ਚਾਵਲਾ ਹੈ ਉਹ ਇੱਕ ਜ਼ਹਿਰ ਦੀ ਵਪਾਰਨ ਹੈਗੀ ਹੈ ਉਹਦਾ ਬੀਜੇਪੀ ਦੇ ਕੋਈ ਬਣੀ ਹੈ ਵਾਈਸ ਪ੍ਰੈਜ਼ੀਡੈਂਟ ਉਹਨੇ ਆ ਕੇ ਉਹ ਸਾਰੇ ਉਸ ਇਲਾਕੇ ਦੇ ਹਿੰਦੂਆਂ ਨੂੰ ਇਕੱਠੇ ਕਰਕੇ ਪ੍ਰੋਟੈਸਟ ਕਰਕੇ ਉਸ ਪ੍ਰੋਜੈਕਟ ਨੂੰ ਬੰਦ ਕਰਾਤਾ ਸੋ ਇਹ ਕਾਗਜ਼ੀ ਜਿਹੀਆਂ ਗੱਲਾਂ ਨੇ ਨਾ ਉਥੋਂ ਕਿਸੇ ਨੇ کارਖਾਨੇ ਹਟਾਉਣੇ ਨੇ ਨਾ ਕੋਈ ਵਹੀਕਲਸ ਬੰਦ ਕਰਨੇ ਨੇ ਨਾ ਉੱਥੇ ਕਿਸੇ ਨੇ ਕੋਈ ਵਨਵੇ ਲਾਗੂ ਕਰਨੇ ਜੀ ਔਰ ਨਾ ਹੀ ਇਹਨਾਂ ਬਾਦਲਾਂ ਦਾ ਇੰਟਰਸਟ ਹੈ ਬਠਿੰਡੇ ਨੂੰ ਤਾਂ ਪੈਰਿਸ ਬਰੋਣਾ ਚਾਹੁੰਦੇ ਨੇ ਹਨਾ ਉੱਥੇ ਵੀ ਸੀਵਰੇਜ ਦੇ ਨਾਲਿਆਂ ਦਾ ਪਾਣੀ ਘੁੰਮ ਰਿਹਾ ਜੀ ਪਰ ਇਹ ਅੰਮ੍ਰਿਤਸਰ ਨੂੰ ਜਿਹੜਾ ਬਿਲਕੁਲ ਇਗਨੋਰ ਕਰ ਰਹੇ ਨੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਸਵਾਲ ਜਵਾਬ ਵਾਸਤੇ ਤੇ ਹੁਣ ਸਰ ਦੇ ਦਰਸ਼ਕਾਂ ਨੂੰ ਦੱਸੋ ਆਇਦਾ ਵਿਚਾਰ ਦੇਖੋ ਅੱਜ ਜਿਵੇਂ ਮੈਂ ਕਿਹਾ ਵੀ ਸਾਡੀਆਂ ਮੰਨ ਦੀਆਂ ਨਜ਼ਰਾਂ ਸਾਹਮਣੇ 5 ਤੇ 6 ਜੂਨ ਦੀ ਰਾਤ ਹੈ ਜੀ ਇੱਕ ਪਾਸੇ ਜ਼ੁਲਮਾਂ ਦੀ ਦਾਸਤਾਨ ਹੈ ਤੇ ਫੇਰ ਭਗਤ ਕਬੀਰ ਜੀ ਨੇ ਜਿਹੜਾ ਕ੍ਰਾਈਟੇਰੀਆ ਯੋਧੇ ਦੇ ਲਈ ਰੱਖਿਆ ਸਾਡੇ ਅੱਖਾਂ ਸਾਹਮਣੇ ਸਨ ਜਰਨੈਲ ਸਿੰਘ ਖਾਲਸਾ ਪਿੰਡਾਵਾੜੇ ਜਰਨਲ ਸੁਬੇਕ ਸਿੰਘ ਭਾਈ ਅਮਰੀਕ ਸਿੰਘ ਤੇ ਦਰਜਨਾ ਸਾਥੀ ਜੀ ਸਿੰਘ ਸਿੰਘਣੀਆਂ ਨੇ ਜਿਹੜੇ ਬਹਾਦਰੀ ਦੇ ਨਾਲ ਜੂਝੇ ਨੇ ਔਰ ਇਹੀ ਕਾਰਨ ਹੈ ਅਸੀਂ ਕੱਲ ਵੀ ਜ਼ਿਕਰ ਕਰਾਂਗੇ ਕੱਲ ਦੇ ਪ੍ਰੋਗਰਾਮ ਚ ਕਿ ਜਿੱਥੇ ਕੱਲੂ ਦਾ 4 ਜੂਨ ਦਾ ਦਿਨ ਨਾਨਕਸ਼ਾਹੀ ਕੈਲੰਡਰ ਚ ਕੱਲੂਕਾਰਾ ਦਿਨ ਹੈ ਉੱਥੇ 6 ਜੂਨ ਦਾ ਦਿਨ ਸਨ ਜਰਨੈਲ ਸਿੰਘ ਖਾਲਸਾ ਪਿੰਡਾਵਾੜਿਆਂ ਦੀ ਸ਼ਹੀਦੀ ਦਾ ਦਿਨ ਹੈ ਜੀ ਕਿਉਂਕਿ ਮਿਡ ਨਾਈਟ ਤੋਂ ਬਾਅਦ ਜਿਹੜਾ ਉਹਨਾਂ ਨੇ ਆ ਕੇ ਜਿੱਥੇ ਦੋਵੇਂ ਨਿਸ਼ਾਨ ਸਾਹਿਬ ਨੇ ਚੰਡੇ ਬੁੰਗੇ ਉੱਥੇ ਸ਼ਹਾਦਤ ਦਾ ਜਾਮ ਪੀਤਾ ਜੀ ਸੋ ਭਗਤ ਕਬੀਰ ਜੀ ਦਾ ਇਹ ਉਹਨਾਂ ਨੇ ਕ੍ਰਾਈਟੇਰੀਆ ਰੱਖਿਆ ਹੋਇਆ ਗगन ਦਮਾਮਾ ਬਾਜਿਓ ਪਰਿਓ ਨਿਸ਼ਾਣੇ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਝਣ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹਿਤ ਪੁਰਜ਼ਾ ਪੁਰਜ਼ਾ ਕਟ ਮਰੇ ਕਮੂ ਨਾ ਛਾੜ ਦੇ ਖੇਤ ਕੇ ਨਗਾਰੇ ਦੇ ਉੱਤੇ ਝੋਟ ਹੈ ਜੀ ਦਮਾਮਾ ਵੱਡੇ ਢੋਲ ਨੂੰ ਕਹਿੰਦੇ ਨੇ ਡਰਮ ਨੂੰ ਕਹਿੰਦੇ ਨੇ ਜੀ ਝੋਟ ਹੈ ਤੇ ਉਹ ਆਵਾਜ਼ ਜਿਹੜੀ ਹੈ ਝੋਟ ਦੀ ਨਗਾਰੇ ਦੇ ਉੱਤੇ ਉਹ ਅਸਮਾਨਾਂ ਤੱਕ ਗੂੰਜ ਰਹੀ ਹੈ ਜੀ ਪਲਵਾਨ ਪਹਿਲਵਾਨ ਯੋਧੇ ਮੈਦਾਨ ਦੇ ਵਿੱਚ ਉਤਰੇ ਨੇ ਗगन ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ ਨਗਾਰੇ ਤੇ ਝੋਟ ਹੈ ਖੇਤ ਜੋ ਮਾਂਡਿਓ ਸੂਰਮਾ ਬਹਾਦਰ ਖੇਤ ਦੇ ਵਿੱਚ ਜੰਗ ਦੇ ਮੈਦਾਨ ਚ ਉਤਰੇ ਨੇ ਅਬ ਜੂਝਣ ਕੋ ਦੋ ਹੁਣ ਇਹ ਦੇਖਣਾ ਹੈ ਵੀ ਕੌਣ ਜੂਝੇਗਾ ਕੌਣ ਖਲੋਏਗਾ ਉਸ ਮੌਤ ਦੇ ਸਾਹਮਣੇ ਕੌਣ ਟੈਂਕਾਂ ਦੇ ਸਾਹਮਣੇ ਹੱਕ ਡਾਏਗਾ ਤੇ ਇੱਥੇ ਗੁਰੂ ਕਾ ਜਰਨੈਲ ਹੱਕ ਡਾ ਕੇ ਖਲੋਂਦਾ ਤੇ ਉਸ ਕ੍ਰਾਈਟੇਰੀਆ ਦੇ ਉੱਤੇ ਕਿ ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦੀਨ ਕੇ ਹਿਤ ਸੂਰਾ ਸੂਰਬੀ ਰੋ ਹੈ ਜਿਹੜਾ ਦੀਨ ਦੇ ਲਈ ਹੈਵ ਨਾਟ ਦੇ ਲਈ ਜਿਹਦੇ ਲਈ ਕੋਈ ਨਹੀਂ ਖਲੋਂਦਾ ਜੀ ਲੱਖਾਂ ਕਰੋੜਾਂ ਸਿੱਖ ਐਸ਼ ਪ੍ਰਸਤੀ ਦੇ ਵਿੱਚ ਆਪਣਾ ਜੀਵਨ ਗੁਜ਼ਾਰ ਰਹੇ ਸੀ ਗੁਜ਼ਾਰ ਰਹੇ ਨੇ ਜੀ ਪਰ ਇਸ ਅਣਖੀ ਗੁਰਸਿੱਖ ਦੇ ਦਿਲ ਚ ਫਕੀਰ ਦੇ ਦਿਲ ਚ ਰੱਬ ਦੇ ਬੰਦੇ ਦੇ ਦਿਲ ਚ ਕੌਮੀ ਅਣਖਾਈ ਆਪਣੀ ਪਰ ਜਵਾਨੀ ਦੇ ਵਿੱਚ ਲਗਭਗ 37 ਸਾਲ ਦੀ ਉਮਰ ਚ ਉਹ ਸ਼ਹਾਦਤ ਦਾ ਜਾਮ ਪੀਂਦੇ ਨੇ ਤੇ ਖਲੋਤੇ ਨੇ ਟੈਂਕਾਂ ਦੇ ਸਾਹਮਣੇ ਐਵੇਂ ਨਹੀਂ ਸਿੱਖਾਂ ਦੇ ਦਿਲਾਂ ਚ ਵਸਦੇ ਜੀ ਰੀਜ਼ਨ ਹੀ ਇਹ ਹੈ ਕਿ ਸੂਰਾ ਸੋ ਪਹਿਚਾਨੀ ਹੈ ਜੋ ਲਰੇ دین ਕੇ ਹੈ ਕੱਲ ਦੇ ਇੱਕ ਪ੍ਰੋਗਰਾਮ 'ਚ ਇਹ ਕਿਹਾ ਜਾ ਰਿਹਾ ਸੀ ਕਿ ਅੱਜ ਵੀ ਮੋਗਾ ਫਿਰੋਜ਼ਪੁਰ ਏਰੀਆ 'ਚ ਸੈਂਕੜਿਆਂ ਹਿੰਦੂ ਪਰਿਵਾਰ ਨੇ ਜਿਹੜੇ ਸੰਤਾਂ ਨੂੰ ਯਾਦ ਕਰਦੇ ਨੇ ਇਸ ਲਈ ਕਿ ਉਹਨਾਂ ਦੀਆਂ ਧੀਆਂ ਪੈਣਾ ਜਿਹੜੀਆਂ ਦਾਜ ਖੁਣੋ ਤੇ ਦੂਸਰੇ ਕੋਲੋਂ ਘਰੋਂ ਕੱਢੀਆਂ ਹੋਈਆਂ ਸੀ ਕਿ ਦਾਜ ਨਹੀਂ ਉਹ ਜਾ ਕੇ ਫਰਿਆਦੀ ਹੁੰਦੇ ਸੀ ਸੰਤਾਂ ਕੋਲ ਤੇ ਸੰਤ ਉਹਨਾਂ ਨੂੰ ਕੋਲੋਂ ਸ਼ਗਨ ਦੇ ਕੇ ਭੇਜਦੇ ਸੀ ਉਹਨਾਂ ਦੇ ਸਹੁਰਿਆਂ ਨੂੰ ਸੱਦ ਕੇ ਕਹਿੰਦੇ ਸੀ ਵੀ ਇਹ ਸਾਡੀ ਧੀ ਹੈ ਖਬਰਦਾਰ ਜੋ ਤੁਹਾਨੂੰ ਚਾਹੀਦਾ ਸਾਡੇ ਤੋਂ ਲੈ ਲਓ ਜੀ ਸੋ ਇਹ ਇਹ ਦੀਨ ਕੇ ਹੇਤ ਹੈ ਜਦੋਂ ਤੁਸੀਂ ਲੋੜਵੰਦਾਂ ਦੇ ਲਈ ਆ ਕੇ ਖਲੋਂਦੇ ਹੋ ਪੁਰਜ਼ਾ ਪੁਰਜ਼ਾ ਕਟ ਮਰੇ ਕਬੂ ਨਾ ਛਾੜੇ ਖੇਤ ਉਹ ਸੂਰਬੀਰ ਹੈ ਜਿਹੜਾ ਜੰਗ ਦੇ ਮੈਦਾਨ ਚ ਪੁਰਜ਼ਾ ਪੁਰਜ਼ਾ ਹੋ ਕੇ ਪੋਰੀਆ ਪੋਰੀਆ ਹੋ ਕੇ ਟੁਕੜੇ ਟੁਕੜੇ ਹੋ ਕੇ ਜੀ ਉਹ ਸ਼ਹੀਦੀ ਪਾ ਜਾਂਦਾ ਪਰ ਪੈਰ ਪਿੱਛੇ ਨਹੀਂ ਹਟਾਂਦਾ ਇਹੀ ਗੁਰੂ ਦਾ ਸੰਕਲਪ ਸੀ ਸ਼ਸਤਰ ਸ਼ਸਤਰਨ ਸਿਓ ਅਤਹੀ ਰਣਪੀਤਰ ਜੂਝ ਮਰੋਂ ਤੋ ਸਾਚ ਪਤੀਜਾ ਕਿ ਮੈਂ ਸ਼ਸਤਰਾਂ ਦੇ ਨਾਲ ਜੂਝ ਕੇ ਜਿਹੜਾ ਉਹ ਸ਼ਹੀਦੀ ਪਾਵਾਂ ਤੇ ਨਿਸ਼ਚੈ ਕਰ ਆਪਣੀ ਜੀਤ ਕਰੋਂ ਇਹ ਤਾਂ ਹਮੇਸ਼ਾ ਇਰਾਦਾ ਉਹਨਾਂ ਦਾ ਬੁਲੰਦ ਇਰਾਦਾ ਔਰ ਨਿਸ਼ਾਨਾ ਰਹਿ ਜੀ ਤੇ ਅਤ ਹੀ ਰਣ ਮੈਂ ਤਬ ਜੂਝ ਮਰੋਂ ਜਦ ਆਪ ਕੀ ਔਦ ਨਿਧਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋਂ ਜੇ ਉਹ ਸਮਾ ਆ ਜਾਏ ਜੀ ਅਖੀਰਲਾ ਸਮਾ ਆ ਗਿਆ ਫਿਰ ਮੈਂ ਜੂਝ ਕੇ ਸ਼ਹੀਦੀ ਪਾਵਾਂ ਔਰ ਸੰਤ ਕਹਿੰਦੇ ਸੀ ਕਿ ਮੰਜੇ ਤੇ ਅੱਡੀਆਂ ਰਗੜ ਰਗੜ ਕੇ ਮਰਨਾ ਕੋ ਮੌਤ ਥੋੜੀ ਹੈ ਖਲੋਵੋ ਸੂਰਿਆਂ ਦੀ ਤਰ੍ਹਾਂ ਸ਼ਹੀਦ ਹੋ ਸੋ ਅੱਜ ਅਸੀਂ ਇਸ ਵਿਚਾਰ ਦੇ ਨਾਲ ਉਹਨਾਂ ਸਮੂਹ ਯੋਧਿਆਂ ਨੂੰ ਔਰ ਖਾਸ ਕਰ ਸੰਜਨਿਆਲ ਸਿੰਘ ਖਾਲਸਾ ਪਿੰਡਾਵਾੜੇ ਜਨਰਲ ਸੁਬੇਕ ਸਿੰਘ ਜਿਨ੍ਹਾਂ ਦਾ ਅਸੀਂ ਕੱਲ ਜ਼ਿਕਰ ਕਰਾਂਗੇ ਵਿਸ਼ੇਸ਼ ਤੌਰ ਤੇ ਜੀ ਭਾਈ ਅਮਰੀਕ ਸਿੰਘ ਇਹਨਾਂ ਸਾਰਿਆਂ ਨੂੰ ਆਪਣੀ ਸ਼ਰਦਾ ਦੇ ਔਰ ਆਪਣੀ ਪਿਆਰ ਦੇ ਜਿਹੜੇ ਨੇ ਉਹ ਫੁੱਲ ਪੀਟ ਕਰਦੇ ਨੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਤੇ ਹੁਣ ਅਸੀਂ ਆਪਣੇ ਦਰਸ਼ਕਾਂ ਕੋਲੋਂ ਲੈਨੇ ਇਜਾਜ਼ਤ ਵੀਰ ਸਾਡਾ ਪ੍ਰੋਗਰਾਮ ਤੁਸੀਂ ਇਸ ਤਰ੍ਹਾਂ ਹੀ ਦੇਖਦੇ ਰਹੋ ਤੇ ਸਾਨੂੰ ਆਪਣੇ ਸੋਹਣੇ ਸੋਹਣੇ ਵਿਚਾਰ ਤੇ ਸੁਝਾਅ ਲਿਖਦੇ ਰਹੋ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫੇਰ ਉੱਗਰੂ ਹੋਵਾਂਗੇ ਤਦ ਤੱਕ ਲਈ ਸਾਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ